ਕਿਸੇ ਵੀ ਸਿੱਖ ਭਾਈਚਾਰੇ ਦੇ ਵਿਅਕਤੀ ਨੂੰ ਕਿਰਪਾਨ ਪਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਜਾਂ ਉਹਦਾ ਜਿਹੜਾ ਪ੍ਰੋਫੈਸ਼ਨ ਕਰਦਾ ਹੈ ਜਿਹੜੀ ਉਹ ਚੀਜ਼ ਦਾ ਚਿੰਨ੍ਹ ਹੈ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਕਿਸੇ ਕਿਸ ਸंवਿਧਾਨ ਦੇ ਵਿੱਚੋਂ ਜਾਂ ਕਿਹੜੇ ਕਾਨੂੰਨ ਦੇ ਤਹਿਤ ਜਿਹੜੀ ਉਹ ਸਿੱਖ ਲੜਕੀ ਹੈ ਗੁਰਸਿੱਖ ਲੜਕੀ ਹੈ ਉਹ ਦਸਤਾਰ ਪਾਉਂਦੀ ਆ ਉਹਨੂੰ ਇੱਕ ਉਹਦਾ ਰਾਈਟ ਮਿਲਿਆ ਹੋਇਆ ਤੁਸੀਂ ਉਹਨੂੰ ਪਾਉਣ ਤੋਂ ਰੋਕਿਆ ਆ ਇਹ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਸੰਵਿਧਾਨ ਹੈ ਸੰਵਿਧਾਨ 'ਚ ਲਿਖਿਆ ਹੋਇਆ ਆਰਟੀਕਲ ਸਪੈਸਿਫਿਕਲੀਅਰ ਕਰਦੇ ਨੇ ਇੰਡੀਆ ਦੇ ਵਿੱਚ ਤਾਂ ਜਿਹੜੀ ਸਿੱਖ ਕਮਿਊਨਿਟੀ ਹੈ ਸਾਡੇ ਗੁਰੂਆਂ ਨੇ ਸ਼ਹੀਦਾਂ ਦਿੱਤੀ ਅਗਰ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਇੱਕ ਸਾਡਾ ਜਿਹੜਾ ਚਿੰਨ ਹੈ ਠੀਕ ਹੈ ਉਹ ਪਾ ਕੇ ਨਹੀਂ ਤੁਸੀਂ ਜਾ ਸਕਦੇ ਤਾਂ ਫਿਰ ਹੋਰ ਕਿੱਥੇ ਜਾਓਗੇ ਦੇ ਰਾਈਟਸ ਨੇ ਇਹ ਕਾਨੂੰਨ ਦੇ ਵਿੱਚ ਲਿਖੇ ਹੋਏ ਤੁਸੀਂ ਖੋ ਨਹੀਂ ਸਕਦੇ ਅਗਰ ਕੋਈ ਖੋਣ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਫਿਰ ਪ੍ਰੋਪਰ ਸਜ਼ਾ ਵਾ ਅੰਦਰ ਦਿੱਤੀ ਜਾਊਗੀ ਜੇਲ ਜਾਣਾ ਬੋ ਉਸ ਆਰਡਰ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਗਈ ਕਿ ਪੱਗ ਬਨ ਕੇ ਦਸਤਾਰ ਬਨ ਕੇ ਦਸਤਾਰ ਸਜਾ ਕੇ ਤੁਸੀਂ ਉੱਥੇ ਨਹੀਂ ਜਾ ਸਕਦੇ ਮਨੋਂਣ ਵਾਲਾ ਚਾਹੀਦਾ ਸਰਕਾਰ ਵੀ ਡਿੱਗਦੀ ਆ ਡਗਾਉਣ ਵਾਲਾ ਚਾਹੀਦਾ ਜੇ ਆਪਣੇ ਵਿੱਚ ਇਸ ਗੱਲ ਦੀ ਅਣਖ ਹੈ ਨਾ ਕਿ ਆਪਾਂ ਇਹ ਕੰਮ ਕਰਨਾ ਆ ਵੀ ਆ ਸਾਡੇ ਕੋਲ ਸੰਵਿਧਾਨ ਜਾਂ ਜਿਹੜਾ ਵੀ ਕਾਨੂੰਨ ਸਾਡੇ ਕੋਲ ਸਹੀ ਆ ਤੁਸੀਂ ਜਿਸ ਮਰਜ਼ੀ ਦੇ ਉੱਤੇ ਲਾਓ ਦੇਖੋ ਆਰਟੀਕਲ 25 ਦੀ ਐਕਸਪਲੇਨੇਸ਼ਨ 1 ਜਿਹੜੀ ਕਿ ਤੁਸੀਂ ਇੱਥੇ ਪੜ੍ਹ ਰਹੇ ਹੋ ਤੇ ਸਾਫ਼ ਤੌਰ ਦੇ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਵੀ ਸਿੱਖ ਵਿਅਕਤੀ ਨੂੰ ਜਿਹੜਾ ਵਾ ਕਿਰਪਾਨ ਪਾਨ ਤੋਂ ਨਹੀਂ ਰੋਕਿਆ ਜਾ ਸਕਦਾ ਠੀਕ ਹੈ ਜੀ ਲੋਜਣਾ ਲੈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਹਜ਼ਾਰ ਨੂੰ ਲੈ ਕੇ ਹਿੰਸਾ ਜਿਹੜੀ ਕਰਨਾਟਕਾ ਦੇ ਵਿੱਚ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਉਸ ਤੋਂ ਬਾਅਦ ਹੁਣ ਹైదరాబాద్ ਦੇ ਵਿੱਚ ਇੱਕ ਸਿੱਖ ਲੜਕੀ ਹੈ ਜੋ ਦਸਤਾਰ ਪਾ ਕੇ ਜਾਂਦੀ ਆ ਉਹਦਾ ਵੀ ਮਾਮਲਾ ਹੁਣ ਤੂਲ ਪਕਰਦਾ ਜਾ ਰਿਹਾ ਹੈ ਗੁਰਵ ਅਰੋੜਾ ਨੇ ਐਡਵੋਕੇਟ ਨੇ ਲੁਧਿਆਣਾ ਸ਼ਹਿਰ ਤੋਂ ਤੇ ਉਹਨਾਂ ਨੇ ਉਸ ਕਾਲਜ ਨੂੰ ਜਿਹੜਾ ਹੈਗਾ ਵਾ ਨੋਟਿਸ ਵੀ ਭੇਜ ਦਿੱਤਾ ਆਖਿਰ ਕਿਹੜੇ ਰੂਲ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਕਿਹੜਾ ਸੰਵਿਧਾਨ ਜਿਹੜਾ ਹੈਗਾ ਸਾਨੂੰ ਸਾਡੇ ਹੱਕ ਤੇ ਸਾਡੇ ਰਾਈਟਸ ਲੈਣ ਤੋਂ ਰੋਕਦਾ ਵਾ ਗੁਰਵੜਵਾ ਮੌਜੂਦ ਹੈ ਗੱਲਬਾਤ ਗੁਰੂ ਜੀ ਸਵਾਗਤ ਹੈ ਲੁਧਿਆਣਾ ਲਾਈਵ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਜੀ ਪਹਿਲੇ ਹਿਜਾਬ ਦਾ ਰੋਲਾ ਜਿਹੜਾ ਚੱਲ ਰਿਹਾ ਕarnataka ਦੇ ਵਿੱਚ ਹੁਣ ਸਿੱਕੂੜੀ ਦੀ ਦਸਤਾਰ ਦਾ ਰੋਲਾ ਚੱਲ ਪਿਆ ਹੁਣ ਆਖਿਰ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਆਪਣਾ ਧਰਮ ਦਾ ਜਿਹੜਾ ਸਾਡਾ ਧਰਮ ਦਾ ਚਿੰਨ ਜਿਹੜਾ ਹੁੰਦਾ ਹੈ ਸਾਡੇ ਧਰਮ ਦੀ ਜਿਹੜੀ ਪਛਾਣ ਜਿਹੜੀ ਹੈਗੀ ਅਸੀਂ ਉਹ ਨਹੀਂ ਪਾਕੇ ਜਾ ਸਕਦੇ ਦੇਖੋ ਸਭ ਤੋਂ ਪਹਿਲਾਂ ਤੁਹਾਡੀ ਗੱਲ ਸੀਗੀ ਹਿਜਾਬ ਮੁੱਦੇ ਤੇ ਦੇਖੋ ਅਗਰ ਮੇਰੀ ਵਿਅਕਤੀਗਤ ਰਾਏ ਵੀ ਮੰਨੂ ਤਾਂ ਮੈਂ ਹਿਜਾਬ ਨੂੰ ਵੀ ਇਹੀ ਕਹੂੰਗਾ ਕਿ ਮਨਾ ਨਹੀਂ ਕਰਨਾ ਚਾਹੀਦਾ ਪਰ ਔਨਰੇਬਲ ਹਾਈ ਕੋਰਟ ਦਾ ਇੱਕ ਆਦੇਸ਼ ਆ ਉਹਨਾਂ ਦਾ ਜਿਹੜਾ ਆਰਡਰ ਆਇਆ ਹੋਇਆ ਉਹਦੇ ਖਿਲਾਫ ਮੈਂ ਨਹੀਂ ਬੋਲੂਗਾ ਜਿਹੜਾ ਸਿੱਖ ਕਮਿਊਨਿਟੀ ਆ ਸਿੱਖ ਧਰਮ ਹੈ ਸਿੱਖ ਧਰਮ ਦੇ ਵਿੱਚ ਕੁਝ ਅਸੈਂਸ਼ੀਅਲ ਪਾਰਟ ਦਿੱਤੇ ਜਾਂਦੇ ਨੇ ਠੀਕ ਹੈ ਟਰਬਨ ਯਾਨੀ ਕਿ ਦਸਤਾਰ ਜਾਂ ਪੱਗ ਕਹ ਲਈਏ ਇਹ ਇੱਕ ਅਸੈਂਸ਼ੀਅਲ ਪਾਰਟ ਹੈ ਅਸੀਂ ਸ਼ਰੀ ਸਾਹਿਬ ਕਹ ਲਈਏ ਜਾਂ ਨਾਮ ਉਹਦੀ ਲੈਂਗੁਏਜ ਦੇ ਵਿੱਚ ਕੋਈ ਕਿਰਪਾਨ ਵਰਡ ਯੂਜ਼ ਕਰਦਾ ਆ ਇਹ ਇੱਕ ਤਰ੍ਹਾਂ ਦਾ ਚਿੰਨ ਆ ਔਰ ਅਸੈਂਸ਼ੀਅਲ ਪਾਰਟ ਹੈ ਮੇਰੇ ਕੋਲ ਆ ਦੇਸ਼ ਦਾ ਸੰਵਿਧਾਨ ਹੈ ਕਨਸਟੀਟਿਊਸ਼ਨ ਆਫ ਇੰਡੀਆ ਇਹਦਾ ਆਰਟੀਕਲ 25 ਦੇ ਵਿੱਚ ਕਲੀਅਰ ਤੌਰ ਦੇ ਉੱਤੇ ਲਿਖਿਆ ਹੋਇਆ ਕੀ ਕਿਸੇ ਵੀ ਸਿੱਖ ਭਾਈਚਾਰੇ ਦੇ ਵਿਅਕਤੀ ਨੂੰ ਕਿਰਪਾਨ ਪਾਣ ਤੋਂ ਨਹੀਂ ਰੋਕਿਆ ਜਾ ਸਕਦਾ ਜਾਂ ਉਹਦਾ ਜਿਹੜਾ ਪ੍ਰੋਫੈਸ਼ਨ ਕਰਦਾ ਹੈ ਜਿਹੜੀ ਉਹ ਚੀਜ਼ ਦਾ ਚਿੰਨ੍ਹ ਹੈ ਉਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ ਫਿਰ ਇਸ ਕਾਲਜ ਨੇ ਮੈਂ ਕਾਲਜ ਦਾ ਨਾਮ ਇੱਕ ਲੀਗਲ ਨੋਟਿਸ ਭੇਜਿਆ ਵਾ ਮਾਉਂਟ ਕੈਰਮਲ ਪੀਯੂ ਕਾਲਜ ਦੇ ਨਾਮ ਦੇ ਉੱਤੇ ਉਹਨਾਂ ਨੂੰ ਮੈਂ ਇਹੀ ਪੁੱਛਿਆ ਵਾ ਕਿ ਤੁਸੀਂ ਕਿਸ ਸੰਵਿਧਾਨ ਦੇ ਵਿੱਚੋਂ ਜਾਂ ਕਿਹੜੇ ਕਾਨੂੰਨ ਦੇ ਤਹਿਤ ਜਿਹੜੀ ਉਹ ਸਿੱਖ ਲੜਕੀ ਹੈ ਗੁਰਸਿੱਖ ਲੜਕੀ ਹੈ ਉਹ ਦਸਤਾਰ ਪਾਉਂਦੀ ਆ ਉਹਨੂੰ ਇੱਕ ਉਹਦਾ ਰਾਈਟ ਮਿਲਿਆ ਹੋਇਆ ਤੁਸੀਂ ਉਹਨੂੰ ਪਾਣ ਤੋਂ ਰੋਕਿਆ ਆ ਨਹੀਂ ਬ੍ਰਿਟੇਨ ਦੇ ਵਿੱਚ ਵੀ ਗੱਲ ਕੀਤੀ ਜਾਵੇ ਸਿੱਖਾਂ ਨੂੰ ਬੜੀ ਪਗੜੀ ਵਾਸਤੇ ਦਸਤਾਰ ਵਾਸਤੇ ਕਾਫੀ ਸੰਘਰਸ਼ ਕਰਨਾ ਪਿਆ ਸੀਗਾ ਲੇਕਿਨ ਫਿਰ ਉਸ ਤੇ ਹੀ ਸਰਕਾਰ ਨੇ ਝੁਕਣਾ ਹੀ ਮਨਜ਼ੂਰ ਕੀਤਾ ਤੇ ਉਹਨਾਂ ਨੂੰ ਫਿਰ ਹੱਕ ਦਿੱਤੇ ਤੇ ਪੁਲਿਸ ਦੇ ਵਿੱਚ ਜਦੋਂ ਪਰਤੀ ਹੁੰਦੇ ਸੀ ਦਸਤਾਰ ਨਹੀਂ ਪਾਣੀ ਹੋਣੀ ਚਾਹੀਦੀ ਇਹਦੇ ਰੂਲ ਵੀ ਜਿਹੜੇ ਸੀਗੇ ਤੇ ਉਸ ਤੋਂ ਬਾਅਦ ਹੁਣ ਉੱਥੇ ਦਸਤਾਰ ਪਗੜੀ ਪਾਏ ਤੇ ਦਸਤਾਰ ਪਾਏ ਜਿਹੜੇ ਸਾਡੇ ਸਿੱਖ ਨੌਜਵਾਨ ਜਿਹੜੇ ਹੈਗੇ ਨੇ ਸਾਡੇ ਵੱਡੇ ਵੀਰ ਜਿਹੜੇ ਹੈਗੇ ਨੇ ਹੁਣ ਉੱਥੇ ਸ਼ਾਨ ਦਾ ਕੇਂਦਰ ਨੇ ਦੇਖੋ ਬ ਚਲੋ ਅਸੀਂ ਮੈਂ ਫਿਲਹਾਲ ਆਪਣੀ ਭਾਰਤ ਦੀ ਧਰਤੀ ਦੀ ਗੱਲ ਕਰਾਂ ਇੰਡੀਆ ਦੀ ਮੈਂ ਗੱਲ ਕਰਾਂਗਾ ਇੰਡੀਆ ਦੇ ਵਿੱਚ ਤਾਂ ਜਿਹੜੀ ਸਿੱਖ ਕਮਿਊਨਿਟੀ ਹੈ ਸਾਡੇ ਗੁਰੂਆਂ ਨੇ ਸ਼ਹੀਦਾਂ ਦਿੱਤੇ ਕਿੰਨੇ ਕਿੰਨੇ ਸ਼ਹੀਦ ਹੋਏ ਕਿਹਨੀਆਂ ਤੇ ਬੈਠੇ ਨੇ ਯੈਸ ਹੁਣ ਉਸ ਜਗ੍ਹਾ ਦੇ ਉੱਤੇ ਉਸ ਦੇਸ਼ ਦੇ ਵਿੱਚ ਵੀ ਅਗਰ ਰਹਿ ਕੇ ਔਰ ਦੂਜੀ ਗੱਲ ਆ ਸੰਵਿਧਾਨ ਦੇ ਵਿੱਚ ਲਿਖਣ ਦੇ ਬਾਵਜੂਦ ਇਹ ਗੱਲ ਪੂਰੀ ਨਾ ਹੋਵੇ ਫਿਰ ਤਾਂ ਕਿਸੇ ਗਰਾਊਂਡ ਤੇ ਨਹੀਂ ਆ ਤੁਸੀਂ ਕਿ ਉੱਥੇ ਸੰਘਰਸ਼ ਕੀਤਾ ਇੱਤੇ ਸੰਘਰਸ਼ ਕਰਨ ਦੀ ਲੋੜ ਨਹੀਂ ਹੈ ਸੰਵਿਧਾਨ ਹੈ ਸੰਵਿਧਾਨ ਚ ਲਿਖਿਆ ਹੋਇਆ ਆਰਟੀਕਲ ਸਪੈਸਿਫਿਕ ਕਲੀਅਰ ਕਰਦੇ ਨੇ ਕਿ ਆਰਟੀਕਲ 25 ਸਾਨੂੰ ਅਧਿਕਾਰ ਹੈ ਇਸ ਚੀਜ਼ ਦਾ ਪਰ ਉਸ ਅਧਿਕਾਰ ਦਾ ਜਿਹੜਾ ਮਿਸਯੂਜ਼ ਕੀਤਾ ਜਾਵੇ ਉਹ ਉਹਦਾ ਫਿਰ ਤਾਂ ਜਿਹੜੀ ਪੁਆਇੰਟ ਹੈ ਉਹ ਤਾਂ ਫਿਰ ਕਲੀਅਰ ਕੱਟੀ ਇਹ ਹੋ ਗਿਆ ਨਾ ਵੀ ਵਾਇਓਲੇਸ਼ਨ ਕਰ ਰਹੇ ਨੇ ਤੇ ਕਾਲਜ ਨੇ ਕਿਸ ਗਰਾਉਂਡ ਤੋਂ ਲੈ ਕੇ ਕਿਸ ਪੁਆਇੰਟ ਤੋਂ ਲੈ ਕੇ ਚੀਜ਼ਾਂ ਕੀਤੀਆਂ ਨੇ ਇਸੇ ਕਰਕੇ ਮੈਂ ਲੀਗਲ ਨੋਟਿਸ ਭੇਜ ਕੇ ਪੁੱਛਿਆ ਸੀ ਕਿ ਵੀ ਮੈਨੂੰ ਤੁਸੀਂ 15 ਦਿਨ ਦੇ ਵਿੱਚ ਸਾਕਤ ਤੁਸੀਂ ਅਪੋਲੋਜਾਈਜ਼ ਕਰੋ ਸਾਰਿਆਂ ਤੋਂ ਜਿੰਨੇ ਵੀ ਸਿਕਿਉਰਿਟੀ ਨਹੀਂ ਚਾਹੇ ਪੂਰੇ ਵਰਲਡ ਦੇ ਵਿੱਚ ਨੇ ਉਹਨਾਂ ਦੀਆਂ ਭਾਵਨਾਵਾਂ ਆਤ ਹੋਈਆਂ ਨੇ ਅਗਰ ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਇੱਕ ਸਾਡਾ ਜਿਹੜਾ ਚਿੰਨ੍ਹ ਹੈ ਠੀਕ ਹੈ ਉਹ ਪਾ ਕੇ ਨਹੀਂ ਤੁਸੀਂ ਜਾ ਸਕਦੇ ਤਾਂ ਫਿਰ ਹੋਰ ਦਵਾਸ ਕਿੱਥੇ ਜਾਵਾਂਗੇ ਅਸੀਂ ਆਪਣੇ ਦੇਸ਼ੇ ਸੁਤੰਤਰਤਾ ਨਹੀਂ ਹੈਗੇ ਅਸੀਂ ਆਜ਼ਾਦ ਨਹੀਂ ਹੈਗੇ ਮੇਰੇ ਕਹਿਣ ਦਾ ਮਤਲਬ ਹੈ ਆਜ਼ਾਦ ਹੋ ਵੀ ਨਹੀਂ ਸਕਦੇ ਆਜ਼ਾਦ ਮੁਲਕ ਕਿਹਾ ਜਾਂਦਾ ਹੈ ਆਜ਼ਾਦ ਮੁਲਕ ਹੈ ਆਜ਼ਾਦ ਨਹੀਂ ਹੈ ਜਿੱਥੇ ਸਾਨੂੰ ਬੰਦੀਸ਼ਾਂ ਚ ਲਗਾ ਦਿੱਤਾ ਗਿਆ ਆਪਣਾ ਭਗਵਾ ਲਹਿਰਾਣ ਤੇ ਬੰਦੀਸ਼ਾ ਹੋ ਜਾਂਦੀ ਹੈ ਕਤਲ ਕਰ ਦਿੱਤਾ ਜਾਂਦਾ Hindu ਮੁੰਡੇ ਦਾ ਸੈਦਰਾਬਾਦ ਦੇ ਵਿੱਚ ਟਰਬਨ ਪਾਉਣ ਤੋਂ ਮਨਾ ਕਰ ਦਿੱਤਾ ਜਾਂਦਾ ਹਿਜਾਬ ਪਾਉਣ ਲਈ ਮਨਾ ਕਰ ਦਿੱਤਾ ਜਾਂਦਾ ਆਖਿਰ ਆਪਸੀ ਭਾਈਚਾਰਾ ਸਾਂਝੋਕ ਕਿਹਾ ਜਾਂਦਾ ਕਿ ਇਸ ਆਜ਼ਾਦ ਮੁਲਕ ਦੇ ਵਿੱਚ ਆਪਸੀ ਭਾਈਚਾਰਾ ਸਾਂਝ ਰਹਿੰਦੀ ਹੈ ਲੇਕਿਨ ਉਹ ਕਿੱਥੇ ਨਜ਼ਰ ਆ ਰਹੀ ਹੈ ਦੇਖੋ ਕੁਝ मुट्ठी भर ਲੋਕ ਹੁੰਦੇ ਨੇ ਜਿਹੜੇ ਕਿ ਇਹ ਚੀਜ਼ਾਂ ਦਾ ਨੁਕਸਾਨ ਕਰਨ ਦੇ ਵਿੱਚ ਅੱਗੇ ਆਉਂਦੇ ਨੇ ਤੁਹਾਡੀ ਗੱਲ ਰਹੀ ਆਜ਼ਾਦ ਦੀ ਸਾਰਾ ਕੁਝ ਹੈ ਬਹੁਤ ਚੰਗੀ ਤਰ੍ਹਾਂ ਸੀ ਆਜ਼ਾਦ ਹੈ ਸਾਡੇ ਕੋਲ ਹਰ ਇੱਕ ਚੀਜ਼ ਹੈ ਪਰ ਸਮਝਣ ਦੀ ਜ਼ਰੂਰਤ ਹੈ ਸਾਡੇ ਜਿੰਨੇ ਵੀ ਭਾਈਚਾਰੇ ਦੇ ਲੋਕ ਨੇ ਕਿਸੇ ਵੀ ਭਾਈਚਾਰਿਆ ਸਬੰਧ ਕਰਦੇ ਨੇ ਸਿਰਫ ਇੱਥੇ ਉਹਨਾਂ ਨੂੰ ਆਪਣੇ ਕਾਨੂੰਨਾ ਦੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਡੇ ਕੋਲ ਆ ਹੱਕ ਆ ਸਾਡੇ ਕੋਲ ਆ ਕਾਨੂੰਨ ਦੇ ਵਿੱਚ ਆ ਧਾਰਾ ਪਈ ਆ ਜੋ ਮਰਜ਼ੀ ਕਰਵਾਓ ਤੁਸੀਂ ਕਿਹਦੀ ਜ਼ਰੂਰਤ ਹੈ ਕਿ ਕਿਸੇ ਨੂੰ ਜਿਸ ਤਰ੍ਹਾਂ ਮੇਰੀ ਭੈਣ ਨੂੰ ਮੰਨ ਲਓ ਦਸਤਾਰ ਪਾਣ ਤੋਂ ਰੋਕਿਆ ਗਿਆ ਮੇਰੀ ਭੈਣ ਦੇ ਜਿੰਨੇ ਵੀ ਉਹਦੇ ਪਰਿਵਾਰ ਵਾਲੇ ਸੀਗੇ ਉਹਨਾਂ ਨੇ ਆ ਕੇ ਉੱਥੇ ਕੀਤਾ ਵੀ ਹਾਂਜੀ ਭਾਈ ਆ ਆਰਟੀਕਲ ਦੇ ਵਿੱਚ ਲਿਖਿਆ ਗਿਆ ਹੁਣ ਉਹ ਜੇ ਨਹੀਂ ਚੁੱਕਣਗੇ ਮੈਂ ਨੋਟਿਸ ਭੇਜ ਦਿੰਦਾ ਨਹੀਂ ਕਰਨਗੇ ਫਿਰ ਕੋਰਟ ਬੈਠਾ ਵਾ ਔਰ ਕਲੀਅਰ ਕਟ ਹੈ ਸਾਡੇ ਰਾਈਟਸ ਨੇ ਇਹ ਕਾਨੂੰਨ ਦੇ ਵਿੱਚ ਲਿਖੇ ਹੋਏ ਤੁਸੀਂ ਖੋ ਨਹੀਂ ਸਕਦੇ ਅਗਰ ਕੋਈ ਖੋਣ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਫਿਰ ਪ੍ਰੋਪਰ ਸਜ਼ਾ ਵਾ ਅੰਦਰ ਦਿੱਤੀ ਜਾਊਗੀ ਜੇਲ੍ਹ ਜਾਣਾ ਪਊਗਾ ਉਹਨੂੰ ਲੇਕਿਨ ਸੰਵਿਧਾਨ ਦੀ ਇੱਕ ਤੁਸੀਂ ਕਦਾ ਪਕੜੀ ਆ ਸਾਡਾ ਸੰਵਿਧਾਨ ਹੈ ਸਾਡੇ ਇੰਡੀਆ ਦਾ ਸੰਵਿਧਾਨ ਜਿਹੜਾ ਹੈਗਾ ਆ ਕੇ ਫਿਰ ਇੱਕ ਇੱਕ ਕਾਲਜ ਵਾਲੇ ਉਸ ਸੰਵਿਧਾਨ ਨੂੰ ਮੰਨਦੇ ਨਹੀਂ ਆ ਆਖਿਰ ਕੀ ਇਹਨਾਂ ਨੇ ਪੜ੍ਹੇ ਨਹੀਂ ਹੋਏ ਆ ਸੰਵਿਧਾਨ ਫਿਰ এডਿਕੇਸ਼ਨ ਕੀ ਦਿੰਦੇ ਹੋਣਗੇ ਇਦਾਂ ਦੇ ਇਦਾਂ ਕਾਲਜ ਬੱਚਿਆਂ ਨੂੰ ਫਿਰ ਦੇਖੋ ਇਹਦੇ ਵਿੱਚ ਤਾਂ ਸਿੰਪਲ ਗੱਲ ਉਹੀ ਆ ਗਈ ਨਾ ਵੀ ਜਿਸ ਕਾਲਜ ਨੂੰ ਆਪਣੇ ਦੇਸ਼ ਦਾ ਸੰਵਿਧਾਨ ਹੀ ਨਹੀਂ ਪਤਾ ਉਹ ਲੋਕਾਂ ਨੂੰ ਫਿਰ এডਿਕੇਸ਼ਨ ਕਿੱਥੋਂ ਦੇਣਗੇ ਫਿਰ ਤਾਂ ਵੀ ਸਰਕਾਰ ਨੂੰ ਇਹ ਚਾਹੀਦਾ ਵੀ ਉਹਨਾਂ ਦੇ ਜਿਹੜੀ ਕਾਲਜ ਦੀ ਮਾਨਤਾ ਉਹੀ ਰੱਦ ਕਰ ਦੇਣ ਪਰ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਮਾਨਤਾ ਰੱਦ ਹੋਵੇ ਤੇ ਬਹੁਤ ਸਾਰੇ ਲੋਕ ਜਿਹੜੇ ਉੱਥੇ ਪੜ੍ਹਦੇ ਪਏ ਨੇ ਬਹੁਤ ਬਾਰੇ ਬੱਚੇ ਪੜ੍ਹਦੇ ਪਏ ਨੇ ਉਹਨਾਂ ਦਾ ਭਵਿੱਖ ਖਰਾਬ ਹੋਏ ਪਰ ਜਿਹੜਾ ਕੁਝ ਉਹਨਾਂ ਨੇ ਕੀਤਾ ਵਾ ਜਿਹੜੀ ਗਲਤੀ ਉਹਨਾਂ ਨੇ ਕੀਤੀ ਆ ਉਹਦੇ ਲਈ ਉਹ ਮਾਫੀ ਮੰ ਜਾਨੀ ਕਿ ਜਿਹੜਾ ਅਲਾਉਡ ਹੈ ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਰੋਕਣ ਉਹਨਾਂ ਨੂੰ ਜਿਹੜਾ ਉਹਨਾਂ ਦਾ ਧਾਰਮਿਕ ਚਿੰਨ ਹੈ ਉਹਨੂੰ ਪਾ ਕੇ ਆਉਣ ਤੋਂ ਰੋਕਿਆ ਨਾ ਚਾਹਵੇ ਨਹੀਂ ਰੋਕਿਆ ਕਿਉਂ ਕਿ ਐਗਜ਼ਾਮ ਦੇਣ ਜਾ ਰਹੀ ਸੀ ਬੱਚੀ ਐਗਜ਼ਾਮ ਦੇਣਾ ਸੀਗਾ ਉਸ ਕੁੜੀਆਂ ਨੇ ਤੇ ਉਸ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਇਸ ਚੀਜ਼ ਨੂੰ ਪਾ ਕੇ ਤੁਸੀਂ ਅਲਾਉ ਨਹੀਂ ਹੈਗੇ ਹੋ ਲੇਕਿਨ ਫਿਰ ਤੁਸੀਂ ਜਦ ਤੱਕ ਉਹ ਬੱਚੀ ਤੁਹਾਡੇ ਸਕੂਲਾਂ 'ਚ ਪੜ੍ਹੀ ਹੈ ਉੱਥੇ ਦੇ ਸਕੂਲਾਂ ਜਦੋਂ ਨੇ ਪੜਾਈ ਦਿੱਤੀ ਉਹ ਸਕੂਲਾਂ ਵਾਲਿਆਂ ਦਾ ਕਿਹਾ ਨਹੀਂਗਾ ਤੁਹਾਡੇ ਕਾਲਜ ਅਖਰ ਅਲੱਗ ਕੀ ਹੈ ਮੈਂ ਦੱਸਦਾ ਇਹਦੇ ਵਿੱਚ ਮੈਂ ਤੁਹਾਨੂੰ ਗੱਲ ਕਲੀਅਰ ਕਰ ਦਿੰਦਾ ਕਿਸ ਗਰਾਉਂਡ ਬਣਾ ਕੇ ਰੋਕਿਆ ਗਿਆ ਸੀ ਹਨਰੇਬਲ ਹਾਈ ਕੋਰਟ ਦਾ ਇੱਕ ਡਿਸੀਜਨ ਆਇਆ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਹਿਜਾਬ ਪਾ ਕੇ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਧਾਰਮਿਕ ਚੀਜ਼ਾਂ ਨੇ ਉਹ ਪਾ ਕੇ ਵੀ ਤੁਸੀਂ ਕਾਲਜ ਦੇ ਵਿੱਚ ਨਹੀਂ ਆ ਸਕਦੇ ਯੂਨੀਵਰਸਿਟੀ ਸਕੂਲ ਦੇ ਵਿੱਚ ਨਹੀਂ ਆ ਸਕਦੇ 유ਨੀਫਾਰਮ ਪਾਣੀ ਪੈਣੀ ਆ ਪਰ ਉਸ ਆਰਡਰ ਦੇ ਵਿੱਚ ਕਿਤੇ ਵੀ ਇਹ ਗੱਲ ਨਹੀਂ ਲਿਖੀ ਗਈ ਕਿ ਪੱਗ ਬਨ ਕੇ ਦਸਤਾਰ ਬਨ ਕੇ ਦਸਤਾਰ ਸਜਾ ਕੇ ਤੁਸੀਂ ਉੱਤੇ ਨਹੀਂ ਜਾ ਸਕਦੇ ਉਹ ਕਿਉਂ ਕਿਉਂਕਿ ਔਨਰੇਬਲ ਕੋਰਟ ਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਸਾਡੇ ਸੰਵਿਧਾਨ ਦੇ ਵਿੱਚ ਇਸ ਗੱਲ ਦੀ ਆਜ਼ਾਦੀ ਹੈ ਬਿਲਕੁਲ ਉਹ ਕੋਈ ਪ੍ਰੋਪਰ ਉਹਨਾਂ ਨੇ ਨਾਰਮਲ ਚੀਜ਼ ਪਾਈ ਹੋਈ ਸੀ ਸਿਰਫ ਦਸਤਾਰ ਜਿਹੜੀ ਬਣੀ ਸੀ ਕਿਉਂਕਿ ਉਹ ਐਸੈਂਸ਼ੀਅਲ ਪਾਰਟ ਹੈ ਨਾ ਐਸੈਂਸ਼ੀਅਲ ਪਾਰਟ ਨੂੰ ਤੁਸੀਂ ਨਹੀਂ ਉਤਾਰ ਸਕਦੇ ਗੁਰੂ ਜੀ ਹੁਣ ਤੁਸੀਂ ਕਾਲਜ ਦੇ ਉੱਤੇ ਨੋਟਿਸ ਦਾ ਭੇਜਦਾ ਕਾਲਜ ਨੋਟਿਸ ਦਾ ਭੇਜਦਾ ਹਮ ਮੁਕੰਮਲ ਤੌਰ ਤੇ ਕਾਰਵਾਈ ਕਰਾਉਂਗੇ ਕਿ ਨਹੀਂ ਕਰਾਉਂਗੇ ਸਿਰਫ ਨੋਟਿਸ ਭੇਜਨ ਤੱਕ ਹੀ ਤੁਸੀਂ ਰਹੋਗੇ ਦੇਖੋ ਅਗਰ ਮੈਂ ਸਿਰਫ ਨੋਟਿਸ ਭੇਜਨ ਸੀਗੇ ਤੇ ਅੱਜ ਆਪਣੀ ਗੱਲ ਹੋ ਗਈ ਤੇ ਇਸ ਨਿਊਜ਼ ਦੇ ਵਿੱਚ ਸਾਰੀ ਗੱਲਾਂ ਆ ਰਹੀਆਂ ਨੇ ਨਹੀਂ ਤਾਂ ਮੇਰਾ ਕੰਮ ਤਾਂ ਦੇਖੋ ਇਹੀ ਹੈ ਕਿ ਜਿਹੜੀ ਚੀਜ਼ ਉਹਨਾਂ ਨੇ ਗਲਤ ਕੀਤੀ ਹੈ ਉਹ ਕੱਲਾ ਨੋਟਿਸ ਨਹੀਂ ਅਗਰ ਉਹ ਨਹੀਂ ਇਹਦੇ ਤੇ ਆਣਗੇ ਅਗਰ ਉਹ ਨਹੀਂ ਜਨਤ ਤੌਰ ਤੇ ਮਾਫੀ ਮੰਗਣਗੇ ਔਰ ਜਿਹੜੀ ਸਾਡੀ ਭੈਣ ਆ ਉਹਨੂੰ ਪ੍ਰੋਪਰ ਉਸ ਕਾਲਜ ਦੇ ਵਿੱਚ ਬੈਠਣ ਦਾ ਜਿਹੜਾ ਰਾਈਟ ਨਹੀਂ ਦੇਣਗੇ ਤਾਂ ਮੈਂ ਵਾਕੇ ਕਾਰਵਾਈ ਕਰਵਾਵਾਂਗਾ ਚਾਹੇ ਮੈਨੂੰ ਉਹ ਕਾਲਜ ਦੀ ਮਾਨਤਾ ਰੱਦ ਕਰवानी ਪੈ ਜਾਵੇ ਚਾਹੇ ਕਿਸੇ ਵੀ ਤਰੀਕੇ ਨਾਲ ਉਹਨਾਂ ਦੇ ਲੋਕਾਂ ਨੇ ਜਿਹੜੇ ਉਹਨਾਂ ਦੀ ਮੈਨੇਜਮੈਂਟ ਉਹਨਾਂ ਨੂੰ ਸਜ਼ਾ ਕਰਾਣੀ ਪੈ ਜਾਵੇ ਅਸਾਲ ਮੁਲਕ ਰਹਿੰਦਾ ਫਾਇਦਾ ਕੀ ਹੋਇਆ ਸਾਨੂੰ ਅਸੀਂ ਆਪਣੇ ਆਜ਼ਾਦੀ ਤਰੀਕੇ ਨਾਲ ਨਹੀਂ ਚੱਲ ਸਕਦੇ ਆ ਦੇਖੋ ਆਜ਼ਾਦੀ ਸਾਨੂੰ ਚਰਖਾ ਘਟਕੇ ਨਹੀਂ ਮਿਲੀ ਆਜ਼ਾਦੀ ਸਾਨੂੰ ਸ਼ਹਾਦਤਾਂ ਨਾਲ ਮਿਲੀ ਹੈ ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਦੀ ਤੁਸੀਂ ਚੀਜ਼ਾਂ ਯਾਦ ਰੱਖੋ ਕਿੰਨੇ ਜ਼ਿਆਦਾ ਉਹਨਾਂ ਨੇ ਦੇਸ਼ ਦੇ ਅਸਲੀ ਹੀਰੋ ਜੀ ਮੈਂ ਮੰਨਦਾ ਦੇਖੋ ਕਈਆਂ ਨੂੰ ਮੇਰੇ ਨਾਲ ਕਈ ਦਰਸ਼ਕ ਵੀ ਹੋਣਗੇ ਜਿਹੜੇ ਮੇਰੀ ਗੱਲ ਤੋਂ ਸਹਿਮਤ ਨਹੀਂ ਹੋਣਗੇ ਸ਼ਾਇਦ ਮੈਂ ਕਿਉਂਕਿ ਮੈਂ ਗਾਂਧੀਵਾਦੀ ਨਹੀਂ ਹਾਂ ਇਸ ਕਰਕੇ ਮੈਂ ਸ਼ਰਅਮ ਕਹਿਣਾ ਵਾ ਕਿ ਮੇਰੇ ਹੀਰੋ ਸ਼ਰਧਾਰ ਪਗਤ ਸਿੰਘ ਹੈ ਠੀਕ ਹੈ ਮੇਰੇ ਹੀਰੋ ਰਾਜਗੁਰੂ ਸੁਖਦੇਵ ਨੇ ਕਿਉਂਕਿ ਮੈਂ ਉਹਨਾਂ ਨੂੰ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਕੀਤੀਆਂ ਨੇ ਜਿਹੜੀਆਂ ਉਹਨਾਂ ਨੇ ਪ੍ਰੋਬਲਮ ਸਈਆਂ ਨੇ ਦੇਲ ਦੇ ਵਿੱਚ ਕਿੰਨਾ-ਕਿੰਨਾ ਟਾਈਮ ਤਸ਼ੱਦਦਾ ਸਈਆਂ ਨੇ ਉਹ ਮੈਂ ਚਰਿਅਮ ਦੇਖੀਆਂ ਨੇ ਜਾਂ ਮਤਲਬ ਇਸ ਚੀਜ਼ ਦੇ ਵਿੱਚ ਪੜੀਆਂ ਨੇ ਪਰ ਚਰਖਾ ਕੱਤਣ ਵਾਲੀ ਗੱਲ ਜਿਹੜੀ ਤੁਹਾਡੀ ਕੀਤੀ ਹੈ ਇਹੋ ਜਿਹਾ ਅਗਰ ਇਸ ਕਰਕੇ ਵੀ ਇੰਨੀਆਂ ਤਸ਼ੱਦਦਾ ਸਹਿ ਕੇ ਵੀ ਜੇ ਸਾਨੂੰ ਦਿੱਕਤਾਂ ਆਉਣੀਆਂ ਨੇ ਤਾਂ ਤੁਹਾਡੀ ਗੱਲ ਬਿਲਕੁਲ ਹੈ ਕਿ ਅਸੀਂ ਆਜ਼ਾਦ ਨਹੀਂ ਹੈਗੇ ਪਰ ਸਾਡੇ ਕੋਲ ਸੰਵਿਧਾਨ ਆ ਸਿਰਫ ਮੈਂ ਦੇਖੋ ਇਹਨਾਂ ਗੱਲਾਂ ਦੇ ਡਿਬੇਟ 'ਚ ਨਹੀਂ ਆਉਂਗਾ ਕਿ ਆਪਾਂ ਆਯਾਦ ਆ ਕਿ ਯਾਦ ਨਹੀਂ ਹੈਗੇ ਮੈਂ ਸਿਰਫ ਇੱਕ ਰਿਕੁਐਸਟ ਕਰੂੰਗਾ ਅਗਰ ਮੈਨੂੰ ਕੋਈ ਦੇਖ ਵੀ ਰਹੇ ਨੇ ਆ ਬੁੱਕ ਹੈ ਲੈ ਲਓ ਹੁਣ ਕਈ ਇਹ ਚ ਕਹਿਣਗੇ ਕਿ ਨਹੀਂ ਜੀ ਮੰਨੀਆਂ ਨਹੀਂ ਜਾਂਦੀਆਂ ਸਾਰੀਆਂ ਚੀਜ਼ਾਂ ਮੰਨੀਆਂ ਜਾਂਦੀਆਂ ਮਨੋਂਣ ਵਾਲਾ ਚਾਹੀਦਾ ਸਰਕਾਰ ਵੀ ਡਿੱਗਦੀ ਆ ਡਗਾਉਣ ਵਾਲਾ ਚਾਹੀਦਾ ਜੇ ਆਪਣੇ ਇੱਚ ਇਸ ਗੱਲ ਦੀ ਅਣਖ ਹੈ ਨਾ ਕਿ ਆਪਾਂ ਇਹ ਕੰਮ ਕਰਨਾ ਹੈ ਵੀ ਆ ਸਾਡੇ ਕੋਲ ਸੰਵਿਧਾਨ ਜਾਂ ਜਿਹੜਾ ਵੀ ਕਾਨੂੰਨ ਸਾਡੇ ਕੋਲ ਸਹੀ ਹੈ ਤੁਸੀਂ ਜਿਸ ਮਰਜ਼ੀ ਦੇ ਉੱਤੇ ਲਾਓ ਕਿ ਉਹ ਚੀਜ਼ ਨਹੀਂ ਆਊਗੀ ਅੱਜ ਕਿਉਂ ਸੰਘਰਸ਼ ਹੁੰਦੇ ਨੇ ਸੰਘਰਸ਼ ਦੇ ਵਿੱਚ ਸਰਕਾਰਾਂ ਵੀ ਥੱਲੇ ਗਿਰਦੀਆਂ ਨੇ ਤੇ ਉਹੀ ਕੋਰਟ ਵੀ ਜਿਹੜੀ ਕੋਰਟ ਦੇ ਵਿੱਚ ਜਾ ਕੇ ਵੀ ਕੋਰਟ ਦੇ ਵਿੱਚ ਨੋਟਿਸ ਆ ਕੇ ਵੀ ਅਪੋਲੋਜਾਈਜ਼ ਲਿਖ ਕੇ ਦਿੰਦੀਆਂ ਨੇ ਸਰਕਾਰਾਂ ਔਰ ਕੋਰਟ ਦੇ ਡਿਸੀਜਨ ਦੇ ਵਿੱਚ ਆ ਕੇ ਆਪਣੀਆਂ ਗੱਲਾਂ ਮਨਾਈਆਂ ਜਾ ਸਕਦੀਆਂ ਨੇ ਸੋ ਅਸੀਂ ਬਿਲਕੁਲ ਆਜ਼ਾਦ ਆ ਪਰ ਸਮਝਣ ਦੀ ਜ਼ਰੂਰਤ ਹੈ ਈ ਹੈ ਕਿ ਸਾਡੇ ਹੱਕ ਸਾਨੂੰ ਪਤਾ ਹੋਣੇ ਚਾਹੀਦੇ ਅਗਰ ਸਾਨੂੰ ਹੱਕ ਪਤਾ ਨਹੀਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਅਹੀ ਗੱਲ ਤੇ ਤੁਹਾਡੇ ਮੈਂ ਆਉਂਗਾ ਪਗਲ ਸਿੰਘ ਨੂੰ ਰਾਜਗੁਰੂ ਸੁਖਦੇਵ ਨੂੰ ਇੱਕ ਦਿਨ ਪਹਿਲਾਂ ਫਾਂਸੀ ਨਾ ਦਿੱਤੀ ਜਾਂਦੀ ਉਦ ਤੁਸੀਂ ਦੱਸੋ ਨਾ ਜਦੋਂ ਤੁਸੀਂ ਗੱਲ ਕਰ ਰਹੇ ਹੋ 1947 ਤੋਂ ਪਹਿਲਾਂ ਆਪਣਾ ਕਨਸਟੀਟਿਊਸ਼ਨ ਨਹੀਂ ਲਿਖਿਆ ਗਿਆ ਸੀ ਉਦੋਂ ਸਾਡੇ ਕੋਲ ਸਵਿਧਾਨਿਕ ਰਾਈਟ ਹੀ ਨਹੀਂ ਸੀਗੇ ਸਵਿਧਾਨਿਕ ਰਾਈਟ ਸਾਨੂੰ ਕਦੋਂ ਮਿਲੇ ਆਜ਼ਾਦੀ ਤੋਂ ਬਾਅਦ ਆਏ ਨਾ ਜਦੋਂ ਸਾਡੇ ਡਾਕਟਰ ਬੀ ਆਰ ਅੰਬੇਦਕਰ ਜੀ ਬੀ ਆਰ ਅੰਬੇਦਕਰ ਜੀ ਤਾਂ ਬਾਕੀ ਜਿੰਨੇ ਵੀ ਜਿਹੜੇ ਰਚਨਾਤਮਕ ਨੇ ਉਹਨਾਂ ਦੇ ਨਾਲ ਬੈਠੇ ਸੀ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਵਿਧਾਨ ਸਾਨੂੰ ਲਿਖਿਆ ਗਿਆ ਸਾਨੂੰ ਇਹੀ ਆਜ਼ਾਦੀ ਦਿੱਤੀ ਹੈ ਇਸ ਆਜ਼ਾਦੀ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਗਿਆ ਕਿ ਅਸੀਂ ਕੀ ਕੁਝ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਸੋ ਇਹ ਕਿਸੇ ਕਾਲਜ ਦੀ ਕੋਈ ਔਕਾਤ ਨਹੀਂ ਹੈਗੀ ਕਿ ਸਾਨੂੰ ਸਾਡੀਆਂ ਚੀਜ਼ਾਂ ਤੋਂ ਰੋਕ ਕੇ ਅਸੀਂ ਪ੍ਰੋਪਰ ਚੀਜ਼ਾਂ ਹੱਕ ਲੈਣਾ ਜਾਣਦੇ ਹਾਂ ਜ਼ਰੂਰੀ ਨਹੀਂ ਵੀ ਸੱਲ ਉੱਥੇ ਬਹਿ ਕੇ ਲੜ ਕੇ ਜਾਂ ਧਰਨੇ ਲਾ ਕੇ ਹੀ ਸਾਨੂੰ ਹੱਕ ਮਿਲਨੇ ਆ ਕਾਨੂੰਨ ਦੇ ਹਿਸਾਬ ਨਾਲ ਵੀ ਸਾਨੂੰ ਹੱਕ ਲੈਣੇ ਆਉਂਦੇ ਆ ਤੇ ਇਹ ਕਾਨੂੰਨ ਜਿਹੜਾ ਵਾ ਅਗਰ ਤਰੀਕੇ ਨਾਲ ਅਸੀਂ ਜਾਗਰੂਕ ਹੋ ਜਾਈਏ ਜਿੰਨੇ ਇੱਥੇ ਦੇਖ ਰਹੇ ਨੇ ਸਾਰੇ ਅਗਰ ਜਾਗਰੂਕ ਹੋ ਜਾਣ ਤਾਂ ਮੇਰੇ ਖਿਆਲ ਦੇ ਨਾਲ ਕੋਈ ਵੀ ਏਦਾਂ ਦਾ ਸਮਾਂ ਨਹੀਂ ਹੋਏਗਾ ਕਿ ਕਿਸੇ ਨਾਲ ਕੋਈ ਧੱਕਾ ਹੋਵੇ ਜਾਂ ਕਿਸੇ ਨੂੰ ਕੋਈ ਚੀਜ਼ ਤੋਂ ਰੋਕਿਆ ਜਾਵੇ ਪਰ ਜਾਗਰੂਕ ਹੋਣ ਦੀ ਜ਼ਰੂਰਤ ਹੈ ਬਿਲਕੁਲ ਸਾਡੇ ਨਾਲ ਐਡਵੋਕੇਟ ਗੌਰਵ ਅਰੋੜਾ ਸਾਡੇ ਨਾਲ ਮੌਜੂਦ ਸੀਗੇ ਹైదరాబాద్ ਦੇ ਵਿੱਚ ਇੱਕ ਸਿੱਖ ਕੁੜੀ ਨੂੰ ਦਸਤਾਰ ਪਾਉਣ ਤੋਂ ਰੋਕਿਆ ਜਾਂਦਾ ਕਰਨਾਟਕਾ ਦੇ ਵਿੱਚ ਮਾਫ ਕਰਿਓ ਤੇ ਦਸਤਾਰ ਪਾਹ ਤੋਂ ਰੋਕਿਆ ਜਾਂਦਾ ਤੇ ਜਦੋਂ ਐਗਜ਼ਾਮ ਦੇਣ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਿੱਖ ਕੁੜੀ ਜਿਹੜੀ ਇਹ ਨਿਰਾਸ਼ ਹੋ ਕੇ ਬਾਹਰ ਆ ਜਾਂਦੀ ਹੈ ਲੇਕਿਨ ਉਹਨਾਂ ਦਾ ਵਿਰੋਧ ਵੀ ਜਿਹੜਾ ਕਰਦੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਐਡਵੋਕੇਟ ਗੁਰੂ अरोड़ा ਨੇ ਜਿਹੜਾ ਹੈਗਾ ਉਸ ਕਾਲਜ ਨੂੰ ਨੋਟਿਸ ਭੇਜ ਦਿੱਤਾ ਵਾ ਤੇ ਸਾਨੂੰ ਸੰਵਿਧਾਨ ਜਿਹੜੇ ਨੇ ਸਾਨੂੰ ਖੁਦ ਨੂੰ ਜਾਣਨੇ ਚਾਹੀਦੇ ਨੇ ਸੰਵਿਧਾਨ ਕੀ ਕਹਿੰਦੇ ਨੇ ਸੰਵਿਧਾਨ ਸਾਨੂੰ ਆਹ ਕਹਿੰਦੇ ਨੇ ਸਾਡਾ ਮੂਲਿਕ ਅਧਿਕਾਰ ਆ ਇਸ ਇੰਡੀਆ ਦੇ ਵਿੱਚ ਰਹਿ ਕੇ ਸਾਨੂੰ ਆਜ਼ਾਦੀ ਦਿੱਤੀ ਗਈ ਹੈ ਤੇ ਆਜ਼ਾਦ ਮੁਲਕ ਲਾਇਆ ਜਾਂਦਾ ਹੈ ਤੇ ਸਾਨੂੰ ਸਾਡੇ ਜੋ ਗੁਰੂਆਂ ਪੀਰਾਂ ਪੈਗੰਬਰਾਂ ਨੇ ਜੋ ਸਾਡੇ ਚਿੰਜ ਜਿਹੜੇ ਹੈਗੇ ਨੇ ਅਸੀਂ ਉਹ ਪਾ ਕੇ ਜਾ ਸਕਦੇ ਕਿਉਂਕਿ ਬੜੀ ਸ਼ਹਾਦਤਾਂ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ ਤੇ ਸਾਡੇ ਕਈ ਐਸੇ ਯੋਧਾ ਸੀਗੇ ਜੋ ਸਾਨੂੰ ਆਜ਼ਾਦੀ ਦਿਵਾਨ ਉਸ ਤੇ ਸ਼ਹੀਦ ਹੋ ਗਏ ਸਨ ਤੇ ਸਾਡੇ ਗੁਰੂਆਂ ਪੀਰਾਂ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਸਾਹਿਬਾਨਾਂ ਨੇ ਜਿਹੜੇ ਤਤ ਤਵੀਆਂ ਤੇ ਬੈਠੇ ਜਿੰਦਾ ਦੁਆਰਾ ਦੇ ਵਿੱਚ ਨਵਾ ਦਿੱਤਾ ਗਿਆ ਲੇਕਿਨ ਕਿਥੇ ਨਾ ਕਿਤੇ ਉਹ ਸਕੂਲਜ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਐਜੂਕੇਸ਼ਨ ਦੇ ਨਾਮ ਦੇ ਨਾਲ-ਨਾਲ ਤੁਸੀਂ ਸਾਡੇ ਗੁਰੂ ਪੀਰਾਂ ਦੀ ਤੇ ਸਾਡੇ ਗੁਰੂ ਸਾਹਿਬ ਜਾਨਾ ਦੀ ਜਿਹੜੀ ਤੁਸੀਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਦੀ ਜੋ ਸ਼ਾਦ ਤਾਂ ਹੋਈਆਂ ਸੀ ਉਹਨਾਂ ਨੂੰ ਯਾਦ ਰੱਖਦੇ ਲੁਧਿਆਣਾ ਤੋਂ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਾਈਵ